ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਬੋਲ ਵਿਗੜੇ ਨੇ ਤੇ ਅਕਾਲੀ ਦਲ ਦੇ ਲਈ ਉਹਨਾਂ ਨੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ। ਉਹਨਾਂ ਨੇ ਗਾਲ ਕੱਢੀ ਹੈ ਵਿਕਾਸ ਕਾਰਜਾਂ ਦੇ ਸਵਾਲਾਂ ਤੇ ਭੜਕੇ ਸੁਰਜੀਤ ਕੁਮਾਰ ਜਿਆਣੀ। ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਵਿਗੜੇ ਬੋਲਾਂ ਦੇ ਚਲਦਿਆਂ ਆਪਣੇ ਬਿਆਨਾਂ ਦੇ ਚਲਦਿਆਂ ਉਹ ਸੁਰਖੀਆਂ ਦੇ ਵਿੱਚ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਆਪਣੇ ਵਿਗੜੇ ਬੋਲਾਂ ਦੇ ਚਲਦਿਆਂ ਉਹ ਸੁਰਖੀਆਂ ਬਟੋਰ ਰਹੇ ਨੇ। ਅਕਾਲੀ ਦਲ ਦੀ ਦੇਣ ਹੈ ਕਿਉਂ? ਉੱਥੇ ਨੌਕਰ ਲੱਗੇ ਹੋਏ ਸੀਗੇ 10 ਮਿੰਟ, ਠੀਕ ਹੈ ਫਿਰ ਜਮਦੇ ਜਿਹੜਾ ਹੈਗਾ, ਅਸੀਂ ਨੌਕਰ ਲੱਗੇ ਹੋਏ ਸੀ, ਸਾਡੇ ਦਮ ਤੇ ਸਰਕਾਰ ਸੀ, ਸਾਡੇ ਦਮ ਤੇ ਮੁੱਖ ਮੰਤਰੀ ਸੀ, ਸਾਡੇ ਦਮ ਤੇ ਡਿਪਟੀ ਮੁੱਖ ਮੰਤਰੀ ਸੀਗੇ, ਅਸੀਂ ਕੀ ਹੈ, ਅਸੀਂ MLA ਕਰਾਉਂਦਾ, ਜੇ MLA ਕਰਾਉਂਦਾ ਤਾਂ ਫਿਰੋਜ਼ਪੁਰ ਦੇ ਵਿੱਚ 20 ਪਿੰਡ ਹੈ, ਅੱਜ ਤੱਕ ਪੁਲ ਨਹੀਂ ਬਣਿਆ ਉੱਥੇ, ਅਸੀਂ ਇੱਕ ਪਿੰਡ ਦੇ ਉੱਤੇ ਪੁਲ ਬਣਾ ਤੇ, ਇੱਕ ਪਿੰਡ ਦੇ ਉੱਤੇ MLA ਬਣਾਉਂਦਾ, ਅਸੀਂ ਜ਼ਿਲ੍ਹਾ ਬਣਾਤਾ, ਹੋਰ ਬੜੀ ਪਏ ਨੇ ਜਿੱਥੇ MLA ਸੀਗਾ। MLA ਜਿਹੜਾ ਹੈ ਕੰਮ ਕਰਾ ਸਕਦਾ, MLA ਚ ਦਮ ਹੋਣਾ ਚਾਹੀਦਾ, MLA ਜ਼ਰੂਰਤ ਨਾਲ ਆਉਣਾ ਚਾਹੀਦਾ। ਵਿਰੋਧੀ ਕਹਿੰਦਾ ਅਕਾਲੀ ਦਲ ਦੀ ਦੇਣ ਹੈ ਕਿਉਂ? ਉੱਥੇ ਨੌਕਰ ਲੱਗੇ ਹੋਏ ਸੀਗੇ 10 ਮਿੰਟ, ਠੀਕ ਹੈ ਫਿਰ ਜਮਦੇ ਜਿਹੜਾ ਹੈਗਾ, ਅਸੀਂ ਨੌਕਰ ਲੱਗੇ ਹੋਏ ਸੀ, ਸਾਡੇ ਦਮ ਤੇ ਸਰਕਾਰ ਸੀ, ਸਾਡੇ ਦਮ ਤੇ ਮੁੱਖ ਮੰਤਰੀ ਸੀ, ਸਾਡੇ ਦਮ ਤੇ ਡਿਪਟੀ ਮੁੱਖ ਮੰਤਰੀ ਸੀਗੇ, ਅਸੀਂ ਕੀ ਹੈ, ਅਸੀਂ MLA ਕਰਾਉਂਦਾ, ਜੇ MLA ਕਰਾਉਂਦਾ ਤਾਂ ਫਿਰੋਜ਼ਪੁਰ ਦੇ ਵਿੱਚ 20 ਪਿੰਡ ਹੈ, ਅੱਜ ਤੱਕ ਪੁਲ ਨਹੀਂ ਬਣਿਆ ਉੱਥੇ, ਅਸੀਂ ਇੱਕ ਪਿੰਡ ਦੇ ਉੱਤੇ ਪੁਲ ਬਣਾ ਤੇ, ਇੱਕ ਪਿੰਡ ਦੇ ਉੱਤੇ MLA ਬਣਾਉਂਦਾ, ਅਸੀਂ ਜ਼ਿਲ੍ਹਾ ਬਣਾਤਾ, ਹੋਰ ਬੜੀ ਪਏ ਨੇ ਜਿੱਥੇ MLA ਸੀਗਾ। MLA ਜਿਹੜਾ ਹੈ ਕੰਮ ਕਰਾ ਸਕਦਾ, MLA ਚ ਦਮ ਹੋਣਾ ਚਾਹੀਦਾ, MLA ਜ਼ਰੂਰਤ ਨਾਲ ਆਉਣਾ ਚਾਹੀਦਾ। ਤੇ ਇਸੇ ਤੇ ਸਾਡੇ ਸਹਿਯੋਗੀ ਸੁਨੀਲ ਨਾਗਪਾਲ ਸਾਡੇ ਨਾਲ ਜੁੜ ਚੁੱਕੇ ਨੇ। ਸੁਨੀਲ, ਸੁਰਜੀਤ ਕੁਮਾਰ ਜਿਆਣੀ ਆਪਣੀ ਭੜਾਸ ਕੱਢਦੇ ਨਜ਼ਰ ਆਏ ਤੇ ਸਵਾਲ ਤੇ ਭੜਕ ਗਏ ਕਿ ਜੋ ਕੰਮ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ, ਪਰ ਇਸ ਤਰ੍ਹਾਂ ਵਿਗੜੇ ਬੋਲਾਂ ਨੂੰ ਲੈ ਕੇ ਕੋਈ ਰਿਗਰੈਟ ਨਜ਼ਰ ਆਇਆ ਬਾਅਦ ਦੇ ਵਿੱਚ? ਦੇਖੋ ਅੰਮ੍ਰਿਤਾ, ਤੁਹਾਨੂੰ ਦੱਸਦਿਆਂ ਕਿ ਲਗਾਤਾਰ ਜਿਹੜੀ ਹੈਗੀ ਹੈ ਸਿਆਸਤ ਗਰਮਾਈ ਹੋਈ ਹੈ, ਕਿਉਂਕਿ ਅਕਾਲੀ ਭਾਜਪਾ ਜਿੱਥੇ ਪਹਿਲਾਂ ਉਹਨਾਂ ਦਾ ਗੱਠਜੋੜ ਹੁੰਦਾ ਸੀਗਾ, ਹੁਣ ਉਹ ਵੱਖਰੇ ਵੱਖਰੇ ਪੱਧਰ ਤੇ ਲੜ ਰਹੇ ਨੇ ਤੇ ਇੱਕ ਦੂਜੇ ਤੇ ਐਲੀਗੇਸ਼ਨ ਤੇ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਜਾਰੀ ਹੈਗਾ, ਇਸਦੀ ਇਹ ਤਸਵੀਰ ਹੈ ਇੱਕ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਫਾਜ਼ਿਲਕਾ ਦੇ ਵਿੱਚ ਚੋਣ ਦਫ਼ਤਰ ਦਾ ਸੁਰਜੀਤ ਕੁਮਾਰ ਜਿਹਨੀ ਜਿਹੜੇ ਆ ਉਦਘਾਟਨ ਕਰਨ ਪਹੁੰਚੇ ਸਨ, ਤਾਂ ਉੱਥੇ ਕਾਫੀ ਉਹਨਾਂ ਨੇ ਆਪਦੀਆਂ ਉਪਲਬਧੀਆਂ ਗਿਣਵਾਈਆਂ ਕਿ ਮੈਂ ਇਹ ਕੀਤਾ, ਮੈਂ ਉਹ ਕੀਤਾ, ਲੇਕਿਨ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਅਕਾਲੀ ਦਲ ਕਹਿੰਦਾ ਹੈ ਕਿ ਇਹ ਸਾਡੀ ਦੇਣ ਹੈ ਸਾਰੇ ਵਿਕਾਸ ਕਰ, ਤਾਂ ਉੱਥੇ ਭੜਕ ਗਏ ਹੋ ਜੀ। ਜੀ ਬਹੁਤ ਸ਼ੁਕਰੀਆ ਜਾਣਕਾਰੀ ਦੇ ਲਈ।